ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਤੁਹਾਨੂੰ ਇੰਦੀ ਜੇ ਸਵਾਲ ਦੇ ਪਰਿਵਾਰ ਬਾਰੇ ਦੱਸਦੇ ਆ ਮੈਂ ਖੁਦ ਉਹਨਾਂ ਦੇ ਘਰ ਗਿਆ ਸੀ ਤੇ ਲਾਈਵ ਦੇ ਵਿੱਚ ਜੁੜ ਜਾਓ ਇੱਕ ਰਾ ਆ ਜਾਓ ਜੁੜ ਜਾਓ ਮੈਂ ਦੱਸਦਾ ਇੰਦੀ ਜੇ ਸਵਾਲ ਦੇ ਘਰ ਜਿਹੜੀਆਂ ਖੱਚਾਂ ਬੋਲਦੀਆਂ ਹਨ ਤੇ ਮੈਂ ਤਾਂ ਦੱਸਦਾ ਆ ਵੇਖੋ ਜੀ ਲਾਈਵ ਦੇ ਵਿੱਚ ਹੁਣ ਮੈਂ ਇਹ ਗੱਲ ਕਰਨੀ ਆ ਕਿ ਆਪਣਾ ਜਿਹੜਾ ਸੋਸ਼ਲ ਮੀਡੀਆ ਦਾ ਕਿੰਗ ਆ ਇੰਦੀ ਜ ਸਵਾਲ ਜਿਹੜਾ ਕਿ ਕਿਸਾਨੀ ਅੰਦੋਲਨ ਦੇ ਬਾਰੇ ਪੂਰਾ ਅਨ ਧੜਕ ਹੋ ਕੇ ਲੋਕਾਂ ਨੂੰ ਅਵੇਅਰ ਕਰਦ ਰਿਹਾ ਪ੍ਰਚਾਰ ਕਰਕੇ ਲੋਕਾਂ ਨੂੰ ਦੱਸ ਦਾਰ ਰਿਹਾ ਬਹੁਤ ਸਾਰਾ ਵਧੀਆ ਪ੍ਰਚਾਰ ਕਰਕੇ ਦੱਸ ਦਾਰ ਰਿਹਾ ਹੈ ਤੇ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਣਾ ਆ ਆਂਦੀ ਆ ਇਹ ਜਿਹੜੀ ਖੱਜਮਾਨੇ ਦੀ ਆ ਇਹ ਆਂਦੀ ਆ ਵੀ ਇੰਦੀ ਜ ਸਵਾਲ ਜਿਹੜਾ ਉਹਦੀ ਮਾਤਾ ਲੋਕਾਂ ਦੇ ਘਰ ਝਾੜੂ ਪੋਚਾ ਲਾਉਂਦੀ ਰਹੀ ਆ ਤੇ ਉਹ ਭਈਏ ਰਾਣੀ ਦੇ ਨਾਲ ਭਈਏ ਦੇ ਨਾਲ ਗੱਲਬਾਤ ਕੋਈ ਏਦਾਂ ਮਾਰੇ ਚੰਗਾ ਗੱਲਬਾਤ ਕਰਦੀ ਰਹੀ ਆ ਹੁਣ ਮੈਂ ਨਾ ਜਦੋਂ ਦਰਸ਼ਨ ਮੇਲਾ ਕਰਨ ਜਾਣਾ ਨਾ ਸ਼ੇਅਰ ਕਰ ਦਿਓ ਇੰਦੀ ਜਸਵਾਲ ਦੀ ਸਪੋਰਟ ਆ ਦਿਲੋਂ ਜਦੋਂ ਵੇਖੋ ਜੀ ਇਹਦੇ ਕੋਲ ਨਾ ਖੱਤ ਜਮਾਨੇ ਦੀ ਜਿਹੜੀ ਆ ਐਨਕਾ ਲਾ ਕੇ ਤੇ ਚੜੇਲ ਮੂੰਹ ਬਣਾ ਕੇ ਆ ਜਾਂਦੀ ਆ ਭੇੜ ਕੇ ਥਾ ਜੀ ਤੇ ਨਾਇਨ ਨੂੰ ਕੋ ਬੋਲਣ ਦਾ ਪਤਾ ਨਾ ਇਹਨੂੰ ਕੋ ਸਮਝਣ ਦਾ ਪਤਾ ਇਹਨੂੰ ਮਸ਼ਹੂਰ ਹੋਣ ਦੀ ਅੱਗ ਲੱਗੀ ਆ ਵੀ ਮੈਂ ਕਦੀ ਕਿਸੇ ਦੇ ਥੱਲੇ ਜਾ ਕੇ ਕਦੀ ਕਿਸੇ ਦੇ ਥੱਲੇ ਪੈ ਕੇ ਮਸ਼ਹੂਰ ਹੋ ਜਾਵਾਂ ਹੋ ਜਾਵਾਂ ਕਿਸ ਤਰ੍ਹਾਂ ਇਹ ਜੀਆਂ ਕਰਤੂਤਾਂ ਉਹਨੇ ਦੱਸੀਆਂ ਤੇ ਇਹਨੂੰ ਚਲੂਣੀ ਲੜੇ ਹੁਣ ਗੱਲ ਇਹ ਆ ਕਿ ਜਦੋਂ ਇਹਦੇ ਕੋ ਪਤਾ ਗੱਲ ਕੀ ਹੁੰਦੀ ਆ ਇਹਦੇ ਕੋ ਇਹੋ ਇੱਕ ਵੀਡੀਓ ਦੇ ਇਹੋ ਸ਼ਟਵਰੀ ਹੁੰਦੀ ਆ ਇਹਦੀ ਮਾਂ ਭਈ ਰਾਨੀ ਇਹਦੀ ਮਾਂ ਭਈ ਦੇ ਨਾਲ ਇਦਾਂ ਇਹਦੀ ਭੈਣ ਭਈ ਨਾ ਇਦਾਂ ਇਹਦਾ ਇਹਦੀ ਭੈਣ ਉਹ ਹੀ ਇਹਦੀ ਭੈਣ ਇੱਟਾ ਸੀ ਤੇਰ ਕੋ ਬਸ ਖਾਚ ਦੇ ਕੋਲ ਜਮਾਨੇ ਖਾਚਲੀ ਦੇ ਖਾਚ ਜਮਾਨੇ ਦੇ ਇਹ ਗੱਲ ਹੀ ਹੋ ਰਹੀ ਆ ਹੁਣ ਜਦੋਂ ਦਰਸ਼ਨ ਮੇਲਾ ਕਰਨ ਜਾਣਾ ਹੈ ਨਾ ਇੰਦੀ ਦੇ ਬਾਰੇ ਦੱਸਣ ਲੱਗਾ ਪਰਿਵਾਰ ਦੇ ਬਾਰੇ ਜਿਹੜਾ ਹੈ ਇੰਦੀ ਚ ਸਵਾਲ ਦੇ ਪਰਿਵਾਰ ਤੇ ਇਹਨੇ ਬੋਲੀ ਆ ਮੈਂ ਚਲੋ ਮੈਂ ਤਾਂ ਦੱਸ ਦੇਣਾ ਕੀ ਚੱਕਰ ਆ ਜਦੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੜਾਉ ਨੂੰ ਜਾਣਾ ਹੋਵੇ ਨਾ ਸ੍ਰੀ ਆਨੰਦਪੁਰ ਸਾਹਿਬ ਨੂੰ ਤੇ ਮੈਂ ਆਦਮਪੁਰ ਥਾਣੀ ਹੁੰਦੇ 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 ਆਦਮਪੁਰ ਥਾਣੀ ਤੇ ਕੋਟ ਬਥੂਈ ਰੋਡ ਨਹਿਰ ਦੇ ਨਾਲ-ਨਾਲ ਸ਼ਾਂਤ ਮਾਹੌਲ ਦੇ ਵਿੱਚ ਹੋਂ ਗੜ ਸ਼ੰਕਰ ਥਾਣੀ ਸਿੱਧਾ ਹੀ ਨਿਕਲ ਜਨਾਰਾ ਰੋਡ ਤੇ ਉੱਥੋਂ ਸਿੱਧਾ ਆਨੰਦਪੁਰ ਸਾਹਿਬ ਦਰਸ਼ਨ ਮੇਲੇ ਕਰਨ ਜਾਣਾ ਤੇ ਮੈਂ ਜਾ ਕੇ ਆਨੰਦਪ੍ਰਸਾਦ ਦਰਸ਼ਨ ਮੇਲੇ ਕਰਨ ਆਇਆ ਤੇ ਆ ਅੱਗੇ ਤਾਂ ਮੇਰਾ ਮੋਟਰਸਾਈਕਲ ਇੱਕ ਪੈਲਸ ਦੇ ਲੱਗੇ ਨਾ ਪੈਂਚਰ ਹੋ ਗਿਆ ਕੋਕਿਆ ਲਕਾਵਲਾ ਵੱਜ ਗਿਆ ਤੇ ਮੈਂ ਨਾਲ ਵੀਰ ਨੂੰ ਪੁੱਛਿਆ ਪੰਚਰ ਮੋਟਰਸਾਈਕਲ ਲਾ ਲਾਉਣ ਡਿਆ ਵੀਰ ਤੇ ਮੈਂ ਇਹਨੂੰ ਪੁੱਛਿਆ ਵੀ ਮੈਂ ਕਿਹਾ ਆ ਜਿਹੜਾ ਰੋਡ ਜਾਂਦਾ ਇਹ ਕਿੱਧਰ ਨੂੰ ਜਾਂਦਾ ਆ ਇਹ ਆਂਦਾ ਭਾਜੀ ਇਹ ਜਿਹੜਾ ਆਪਣਾ ਨਰੂੜ ਪਿੰਡ ਆ ਨਾ ਨਰੂੜ ਪਿੰਡ ਇਹ ਉਧਰ ਨੂੰ ਜਾ ਰਿਹਾ ਰੋਡ ਮੈਂ ਕਿਹਾ ਯਾਰ ਨਰੂੜ ਪਿੰਡ ਤੇ ਜਿਹੜਾ ਇੰਡੀਜ ਸਵਾਲ ਜਿਹੜਾ ਨਰੂੜ ਕਹਿੰਦਾ ਹੁੰਦਾ ਵੀਡੀਓ ਵਿੱਚ ਮੇਰਾ ਨਰੂੜ ਪਿੰਡ ਆ ਤੇ ਖਲੋ ਜਾ ਇਹਨੂੰ ਨਾ ਮੈਂ ਬਲੌਗ ਕਰਦਾ ਯਾਰ ਇਹ ਨਾ ਇਨ ਨੂੰ ਇਹਨਾਂ ਚਿਰ ਹੌਣ ਕਰ ਲਾ ਕਮੈਂਟ ਹੁਣ ਨਹੀਂ ਹੋਣਾ ਕਮੈਂਟਰ ਨਰੂੜ ਪਿੰਡ ਜਿਹੜਾ ਆ ਇਹ ਇੰਡੀਜ ਸਵਾਲ ਦਾ ਪਿੰਡ ਆ ਫਿਰ ਮੈਂ ਹਾਂ ਜੇ ਟਾਈਮ ਹੈਗਾ ਪੈਂਚਰ ਲੱਗ ਗਿਆ ਔਰ ਮੈਂ ਨਾ ਇਦਾਂ ਕਰਦਾ ਮੈਂ ਘਰ ਜਾ ਕੇ ਦੇਖ ਕੇ ਉਹਨਾਂ ਪਿੰਡ ਕਿਦਾਂ ਦਾ ਮੈਂ ਘਰ ਗਿਆ ਮਾਈ ਦੇ ਕੋਲ ਲੱਬ ਲੁਬ ਕੇ ਮੈਂ ਘਰ ਗਿਆ ਮੈਂ ਹਾਂ ਚਲੋ ਵੀਰ ਨਾਲ ਗੱਲਬਾਤ ਕਰਾਂਗੇ ਉਦੋਂ ਤਾਂ ਮੈਨੂੰ ਪਰਸਨਲ ਨੰਬਰ ਨਹੀਂ ਹੈਗਾ ਮੇਰੇ ਕੋਲ ਸੋਸ਼ਲ ਮੀਡੀਆ ਤੇ ਨੰਬਰ ਜਿਹੜਾ ਦਿੰਦਾ ਉਹ ਤੇ ਹੁਣ ਪਤਾ ਨਹੀਂ ਹਜ਼ਾਰਾਂ ਬੰਦਿਆਂ ਲੱਖਾਂ ਦੇ ਕੋਲ ਬੰਦਾ ਨੰਬਰ ਆ ਤੇ ਕਿਹੜਾ ਕਿਹੜਾ ਨੰਬਰ ਚੱਕੇ ਨਾ ਤੇ ਇਦਾਂ ਸਾਡੇ ਕੋਲ ਵੀ ਨੰਬਰ ਹੈਗਾ ਇੱਕ ਪਬਲਿਕ ਦਾ ਨੰਬਰ ਆਪਾਂ ਪਬਲਿਕ ਦਾ ਵੱਖਰਾ ਰੱਖਿਆ ਤੇ ਆਪਣਾ ਪਰਸਨਲ ਵੱਖਰਾ ਰੱਖਿਆ ਆ ਉਹ ਮੈਂ ਘਰ ਗਿਆ ਤੇ ਗੱਲਬਾਰ ਕੀਤੀ ਤੇ ਮੈਂ ਕਿਹਾ ਵੀ ਮਾਤਾ ਜੀ ਇਦਾਂ ਇਦਾਂ ਕਰਕੇ ਮੈਂ ਵੀਰ ਨੂੰ ਸੁਣਦਾ ਬਹੁਤ ਵਧੀਆ ਪ੍ਰਚਾਰ ਕਰਦਾ ਵੀਰ ਤੇ ਤੁਸੀਂ ਵੀਰ ਦਾ ਨੰਬਰ ਦਵੋਗੇ ਕਹਿੰਦੇ ਬੇਟਾ ਜੀ ਬਹਿ ਜਾਓ ਮੈਂ ਫੇ ਚਾਹ ਪਾਣੀ ਪੀਤਾ ਤੇ ਬਹਿ ਕੇ ਅੱਧਾ ਘੰਟਾ ਮਤਲਬ ਬੈਠਾ ਮੈਂ ਤੇ ਉਹ ਕਹਿੰਦੇ ਵੀ ਉਹਨਾਂ ਦੀ ਪਰਚਾਈ ਆਊਗੀ ਤੇ ਉਹ ਨੰਬਰ ਦੇਊਗੀ ਮੋਬਾਈਲ 'ਚ ਉਹਦੇ ਕੋਲ ਨੰਬਰ ਆ ਮੈਂ ਫੋਨ ਫਾਨ ਘਾਟ ਹੀ ਰੱਖਦੀਆਂ ਮੈਂ ਨਹੀਂ ਰੱਖਦੀ ਆਪਣੇ ਕੋ ਫੋਨ ਨਾ ਤੇ ਉਹ ਗੱਲਬਾਤ ਕਰਦੀ ਤੇ ਮੇਰੇ ਨਾਲ ਗੱਲ ਹੋ ਜਾਂਦੀ ਆ ਮੇਰੇ ਬੇਟੇ ਦੀ ਇੰਦੀ ਦੀ ਤੇ ਵੇਖੋ ਜੀ ਬਹੁਤ ਸੋਹਣਾ ਘਰ ਪਰਿਵਾਰ ਬਹੁਤ ਸੋਹਣੀ ਚੜ੍ਹਦੀ ਕਲਾ ਘਰ ਵੀ ਬੜਾ ਵਧੀਆ ਐ ਸ਼ਾਨ ਸ਼ੌਕਤ ਵਧੀਆ ਘਰ ਪੱਕਿਆ ਵਧੀਆ ਰੋਟੀ ਪਾਣੀ ਖਾਂਦੇ ਪਰਿਵਾਰ ਬਹੁਤ ਚੰਗਾ ਬਹੁਤ ਸੋਹਣਾ ਪਰਿਵਾਰ ਆ ਨਾ ਕੋਈ ਪਿੰਡ ਚ ਕੋਈ ਮਾੜੀ ਨਾ ਚੰਗੀ ਗੱਲਬਾਤ ਬੜੇ ਵਧੀਆ ਸੁਭਾਅ ਦੀ ਮਾਲਕ ਹੈ ਉਹਨਾਂ ਦੀ ਮਾਤਾ ਤਾਂ ਮੈਂ ਆਪ ਖੁਦ ਪਰਿਵਾਰ ਦੇ ਵਿੱਚੋਂ ਹੋ ਕੇ ਆ ਇੰਦੀ ਜਸਵਾਲ ਦੇ ਬੜੇ ਚੰਗੇ ਇਨਸਾਨ ਨੇ ਸਾਰੇ ਪਰਿਵਾਰ ਨਾਲੇ ਪਿੰਡ ਵੀ ਬਹੁਤ ਚੰਗਾ ਨਰੂੜ ਪਿੰਡ ਉੱਥੇ ਵੇਲੇ ਮੈਂ ਜਾ ਕੇ ਬਜ਼ੁਰਗਾਂ ਨੂੰ ਪੁੱਛਿਆ ਬੈਠੇ ਸੱਤ ਦੇ ਵਿੱਚ ਤੇ ਉਹਨਾਂ ਨੇ ਮੈਂ ਪੁੱਛਿਆ ਬਾਪੂ ਜੀ ਇੱਥੇ ਆਪਣਾ ਇੰਦੀ ਵੀਰ ਇੰਦਰਜੀਤ ਵੀਰ ਆਪਣਾ ਨਾ ਜਿਹੜਾ ਸੋਸ਼ਲ ਮੀਡੀਆ ਤੇ ਆਉਂਦਾ ਹੈ ਇੰਟਰਨੈਟ ਦੇ ਉੱਤੇ ਤੇ ਉਹਨਾਂ ਦਾ ਘਰ ਕਿਹੜਾ ਉਹਨਾਂ ਨੇ ਬੜਾ ਦੱਸਿਆ ਮੈਂ ਬਾਪੂ ਜੀ ਕਿੱਦਾਂ ਦਾ ਮੁੰਡਾ ਚੰਗਾ ਵਧੀਆ ਆ ਕਹਿੰਦੇ ਕੋਈ ਗੱਲ ਨਹੀਂ ਬਹੁਤ ਟੌਪ ਦਾ ਵਧੀਆ ਮੁੰਡਾ ਆ ਸਾਡੇ ਪਿੰਡ ਦਾ ਵਧੀਆ ਕਮਾਈ ਕਰਦਾ ਆਪਣਾ ਕੰਮਕਾਰ ਕਰਦਾ ਹੋਨਾ ਫਿਰ ਮੈਂ ਨਾ ਸਾਰਾ ਕੋ ਵੇਸ਼ ਚਾ ਕੇ ਤੇ ਆ ਗਿਆ ਤੇ ਉਹਨਾਂ ਦੀ ਪਰਝਾਈ ਜਿਹੜੀ ਆ ਉਸ ਟਾਈਮ ਤੇ ਉਹ ਆਏ ਨਹੀਂ ਲੇਟ ਹੋ ਗਏ ਤੇ ਫਿਰ ਮੈਂ ਕਿਹਾ ਵੀ ਚਲੋ ਮਾਤਾ ਜੀ ਮੈਂ ਫੇਰ ਕਿਤੇ ਚੱਕਰ ਮਾਰੂੰਗਾ ਤੇ ਮੈਂ ਫੇਰ ਆ ਜਾਊਗਾ ਤੇ ਫੇਰ ਆ ਕੇ ਤੇ ਮੈਂ ਨੰਬਰ ਲੈ ਲਊਗਾ ਕੋਈ ਚੱਕਰ ਨਹੀਂ ਹੁਣ ਡੇਢ ਸਾਲ ਹੋ ਗਿਆ ਜ ਮੈਂ ਜੇ ਜਾਈਦਾ ਤੇ ਕਦੇ ਕਦੇ ਜਾਈਦਾ ਫਿਰ ਸਿੱਧੇ ਲੰਘ ਜਿਦਾ ਸਿੱਧੇ ਆ ਜਿਦਾ ਆ ਟਾਈਮ ਨਹੀਂ ਲੱਗਦਾ ਬੈਠ ਖਲੋਰ ਕੇ ਬੰਦਾ ਘੜੀ 10 ਮਿੰਟ ਫੇਰ ਲੱਗ ਜਾਂਦੇ ਜਿੱਥੇ ਜਾਈਏ ਤੇ ਵੀਰ ਨੂੰ ਮੈਂ ਕਹਿਣਾ ਚਾਹੁੰਦਾ ਵੀ ਵੀਰ ਮੇਰਾ ਐਸੇ ਨੰਬਰ ਦੇ ਐਸੇ ਉੱਤੇ ਆ ਪੇਜ ਨੰਬਰ ਹੈਗਾ ਤੂੰ ਮੈਨੂੰ ਕਾਲ ਜਰੂਰ ਕਰੀ ਬਸ ਮੈਂ ਤੇਰਾ ਨਾਲ ਉਦਾਂ ਹੀ ਹਾਲ ਚਾਲ ਕਰਨਾ ਚਾਹੁੰਦਾ ਅੱਜ ਤੱਕ ਮੇਰੀ ਕੋਈ 인ਦੀ ਦੇ ਨਾਲ ਗੱਲਬਾਤ ਨਹੀਂ ਹੋਈ ਕੋਈ ਕੁਝ ਨਹੀਂ ਆ ਕਿਉਂਕਿ ਮੈਂ ਆ ਉਹ ਫਿਰ ਪਤਾ ਨਹੀਂ ਉਹ ਲਾਲੀ ਵੀਡੀਓ ਚ ਆਵੇ ਨਾ ਆਵੇ ਤੇ ਗੱਲ ਏਦਾਂ ਵੀ ਮੈਂ ਨਾ ਤੁਹਾਨੂੰ ਸੱਚ ਬਿਆਨ ਕਰੰਦਿਆਂ ਆ ਹੁਣ ਮੈਂ ਇਹਦੀ ਗੱਲ ਕਰਦਾ ਆ ਜਿਹੜੀ ਇਹ ਖਾਚਾਂਦੀ ਆ ਕਦੀ ਉਹ ਮਾੜਾ ਕਦੀ ਮिन्नੂ ਮਾੜਾ ਕਦੀ ਸਾਰੇ ਜਥੇਬੰਦੀਆਂ ਮਾਰੇ ਆ ਕਦੇ ਆਪਣੇ ਖਾਲਸਤਾਨੀ ਮਾਰੇ ਕਦੀ ਉਹ ਮਾਰੇ ਕਦੀ ਆ ਮਾਰੇ ਕਦੀ ਆ ਭਗਵੰਤ ਮਾਨ ਮਾੜਾ ਕਦੀ ਮੋਦੀ ਮਾੜਾ ਕਦੀ ਉਹ ਮਾੜਾ ਕਦੀ ਇੰਡੀਆ ਬੜਾ ਚੰਗਾ ਅਸੀਂ ਕਦੋਂ ਕਿਹਾ ਇੰਡੀਆ ਮੜ ਜਿਹੜੇ ਮੁਲਕ ਚ ਅਸੀਂ ਰਹਿਣ ਡੇ ਆ ਜਿਹੜੇ ਸਾਨੂੰ ਇੰਡੀਆ ਦਾ ਪਾਸਪੋਰਟ ਸਾਡੇ ਕੋਲ ਆ ਮੈਂ ਆਪਣਾ ਪਾਸਪੋਰਟ ਜਨਤਕ ਕਰ ਦਿੰਦਾ ਵੀ ਮੇਰਾ ਪਾਸਪੋਰਟ ਇੰਡੀਆ ਦਾ ਮੇਰੇ ਕੋਲ ਹੈਗਾ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਨਾ ਖੱੱਚੇ ਜ਼ਮਾਨੇ ਦੀਏ ਤੂੰ ਆਪਣੀ ਮਾਂ ਦਾ ਅਸਣ ਵਾਲੇ ਵਿੱਚੋਂ ਦੁੱਧ ਚੰਗਿਆ ਨਾ ਤੇ ਤੂੰ ਮੈਨੂੰ ਇਹ ਗੱਲ ਮੈਤ ਨਵਾਨਾ ਵੀ ਤੂੰ ਆਪਣਾ ਪਾਸਪੋਰਟ ਲੋਕਾਂ ਦੇ ਸਾਹਮਣੇ ਜਨਤਕ ਕਰ ਤੂੰ ਆ ਨਹੀਂ ਹੈ ਨਾ ਮੈਂ ਗਰੇਵਾਲ ਆ ਗਰੇਵਾਲ ਤੇਰੇ ਵਰਗੇ ਨਹੀਂ ਗੇ ਗਰੇਵਾਲ ਪੰਜਾਬ ਦੇ ਵਿੱਚ ਲੱਖਾਂ ਲੋਕ ਨੇ ਗਰੇਵਾਲ ਤੇਰੇ ਵਰਗੇ ਨਹੀਂ ਗੇ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਸਾਹਮਣੇ ਪਾਸਪੋਰਟ ਜਨਤਕ ਕਰ ਪਰ ਜੇ ਤੂੰ ਇੱਕ ਗੱਲ ਹੈਗੀ ਆ ਜਿਹੜੇ ਤੇਰੇ ਸਪੋਰਟਰ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਆ ਵੀ ਤੁਸੀਂ ਚੰਗੇ ਚੰਗੇ ਬਲੇ ਬੰਦੇ ਜੋ ਤੁਸੀਂ ਕਿਹਦੇ ਨਾਲ ਇਹ ਮਗਰ ਸ਼ਰਮਾ ਲੱਗਾ ਕਿਹਦੇ ਨਾਲ ਇਹ ਮਗਰ ਕੁਮਾਰ ਲੱਗਾ ਤੇ ਇਹਨੂੰ ਕਹਿਣ ਦੇ ਆ ਵੈਰੀ ਗੁੱਡ ਜੌਬ ਬਹੁਤ ਵਧੀਆ ਜੀ ਬਹੁਤ ਵਧੀਆ ਕਈ ਸਾਡੇ ਮੂਰਖ ਬੰਦੇ ਉਹ ਵੀ ਕਈ ਲਿਖੀ ਜਾਂਦੇ ਵਾਇਗਰੂ ਉਹ ਕਰਨੋ ਤੁਹਾਡੇ ਸਾਰਿਆਂ ਦੀ ਬੇਇੱਜ਼ਤੀ ਡਈ ਆ ਤੇ ਤੁਸੀਂ ਥੱਲੇ ਵਾਇਗਰੂ ਵੈਰੂ ਮਾਮਿਓ ਲਿਖੀ ਜਾਓ ਉਹਨੂੰ ਥੋੜਾ ਠੋਕੇ ਜਵਾਬ ਦਿਓ ਜਿੱਦਾਂ ਜਵਾਬ ਦੇਣਾ ਆ ਮਸ਼ਹੂਰ ਹੋਣ ਤੱਕ ਇਹਦਾ ਇੱਕ ਮਕਸਦ ਆ ਵੀ ਮਸ਼ਹੂਰ ਹੋਣਾ ਜਿਹੜਾ ਮਰਜ਼ੀ ਮੇਰੇ ਤੇ ਬੋਲੇ ਜਿਹੜਾ ਮਰਜ਼ੀ ਮੇਰੇ ਉੱਤੇ ਬੋਲੇ ਮੈਂ ਉਹਨਾਂ ਦੇ ਖਿਲਾਫ ਬੋਲਣਾ ਸਿਆਣਿਆਂ ਦੀ ਕਹਾਵਤ ਆ ਨਾ ਕਿ ਜੇ ਆਪਾਂ ਮੰਨ ਲਓ ਆ ਪੱਥਰ ਆ ਜੇ ਆ ਪੱਥਰ ਆ ਤਾਂ ਇਹ ਆਪਾਂ ਵਟ ਕੇ ਗੋਹੇ ਦੇ ਵਿੱਚ ਆਪਾਂ ਵਟ ਕੇ ਮਾਰਾਂਗੇ ਤਾਂ ਗੋਹੇ ਦੇ ਛਿੱਟੇ ਜਿਹੜੇ ਸਾਡੇ ਉੱਤੇ ਵੀ ਆਉਣ ਪੈਣੇ ਆ ਤੇ ਮੈਨੂੰ ਵੀਰਾਂ ਤੇ ਭਰਾਵਾਂ ਨੇ ਕਿਹਾ ਵੀ ਬਾਬਾ ਜੀ ਤੁਸੀਂ ਅ ਵਧੀਆ ਪ੍ਰਚਾਰ ਕਰਦੇ ਹੋ ਬੜਾ ਵਧੀਆ ਚੜ੍ਹਦੀ ਕਲਾ ਆ ਓਕੇ ਆ ਕੰਮ ਤੇ ਤੁਸੀਂ ਇਹ ਖੱਚ ਦੇ ਨਾਲ ਕੀ ਗੱਲਬਾਤ ਹੋਈ ਆਵੇਂ ਖੱਚ ਨਾਲ ਤਾਂ ਬੋਲਣ ਦਾ ਵੀ ਪਤਾ ਨਹੀਂ ਜੇ ਤੇ ਹੋਵੇ ਨਾ ਕੋਈ ਮਤਲਬ ਸਿਆਣੀ ਤਮਾਦੇ ਦੀ ਮਾਲਕ ਤੇ ਇੱਕ ਅਦੀ ਵੀਡੀਓ ਪਾ ਕੇ ਬੰਦਾ ਸਮਝ ਜਾਂਦਾ ਚੱਲ ਛੱਡ ਯਾਰ ਅਸੀਂ ਕੀ ਲੈਣਾ ਪਰ ਇਹਨੂੰ ਦੀ ਅੱਗ ਲੱਗੀ ਪਈ ਥੱਲੇ ਤੱਕ ਇਹ ਤਾਂ ਸਮਝਦੀ ਨਹੀਂਗੀ ਇਹ ਆਂਦੀ ਐ ਮੈਂ ਘਰੇ ਵਾਲਾਂ ਦੀ ਧੀ ਆ ਮੈਂ ਘਰੇ ਵਾਲਾਂ ਦੀ ਧੀ ਆ ਤੇ ਤੂੰ ਆਪਣੇ ਨਾਂ ਦੇ ਪਿੱਛੇ ਜਦੋਂ ਤੂੰ ਘਰੇ ਵਾਲਾ ਨਹੀਂ ਆ ਤੇਰੀਆਂ ਕਰਤੂਤਾ ਇੰਦੀ ਜਿ ਸਵਾਲ ਨੇ ਜ਼ਾਹਿਰ ਕੀਤੇ ਆ ਤੇ ਤੂੰ ਉਹਰੇ ਪਰਿਵਾਰ ਦੇਤੇ ਬੋਲਣ ਦਾ ਵੀ ਤੁਸੀਂ ਮੈਨੂੰ ਇਹ ਦੱਸੋ ਵੀ 8ਵੀਂ ਫੇਲ ਕੋਈ ਹੈਡਮਾਸਟਰ ਨਹੀਂ ਲੱਗ ਸਕਦੀ ਤੇ ਜੇ ਉਹਨੇ ਹੈਡਮਾਸਟਰ ਹੀ ਲੱਗਣਾ ਹੋਵੇ ਤਾਂ ਭਲਾ ਕਿਦਾਂ ਲੱਗਦੀ ਆ ਭਲਾ ਲੱਗ ਗਿਆ ਸਮਝ ਲਿਆ ਸਮਝ ਲਿਆ ਕਰੋ ਇਸ਼ਾਰਾ ਇੰਨਾ ਵੱਡਾ ਆਂਦਾ ਆ ਤੇ ਦੂਸਰੀ ਗੱਲ ਇਹ ਆ ਨਾ ਆ ਸੀ ਖਾਲਸਪਤਾਂ ਦਾ ਹਮਾਇਤ ਕਰਦੇ ਤਾਂ ਨਾ ਆ ਹੀ ਖਾਲਸਪਤਾਂ ਦੀ ਵਿਰੋਧ ਕਰਦੇ ਆ ਜਿੰਨੇ ਖਾਲਸਪਤਾਂ ਨੂੰ ਬਣਾਉਣਾ ਬਣਾਉ ਆਪਣੇ ਸਰਤੇ ਬਣਾ ਲਓ ਭਾਈ ਈਗਾ ਨਾ ਆਪਣੀ ਤੁਹਾਡੀ ਮਰਜ਼ੀ ਆ ਬਣਾਉ ਨਾ ਬਣਾ ਸਾਨੂੰ ਨਹੀਂ ਸਾਨੂੰ ਅਸੀਂ ਨਿਹੰਗ ਸਿੰਘ ਖੜਾ ਖਲੋਤਾ ਹੀ ਖਾ ਹਿੰਦੁਸਤਾਨ ਨੂੰ ਕੋ ਕਹਿ ਦਤਾ ਤੇ ਫੇਰ ਜੇ ਲੋਕਾਂ ਨੇ ਜਿਨ੍ਹਾਂ ਨੂੰ ਤੂੰ ਕਹਿਣ ਡਈਆਂ ਜੇ ਖਾਲਸਤਾਨੀਆਂ ਨੇ ਜੇਕਰ ਹਿੰਦੁਸਤਾਨ ਨੂੰ ਉਹਨਾਂ ਨੇ ਕੁਛ ਕਹਿ ਦਿੱਤਾ ਤੇ ਪਹਿਲੀ ਗੱਲ ਹਿੰਦੁਸਤਾਨ ਤੇ ਨਾ ਹੀ ਨਹੀਂਗਾ ਕਿਤੇ ਵੀ ਤੁਸੀਂ ਆਪਣੇ ਕੋਲ ਹਿੰਦੁਸਤਾਨ ਹਿੰਦੁਸਤਾਨ ਕਹਿੰਦੇ ਆ ਇਸ ਦੇਸ਼ ਨੂੰ ਭਾਰਤ ਕਹਿੰਦੇ ਆ ਇੰਡੀਆ ਕਹਿੰਦੇ ਆ ਅੰਗਰੇਜ਼ ਇੰਡੀਆ ਕਹਿੰਦੇ ਆ ਤੇ ਜਿਹੜੇ ਇੱਧਰ ਦੇ ਨਾਗਰਿਕ ਉਹ ਭਾਰਤ ਕਹਿੰਦੇ ਆ ਤੋ ਜਿਹੜਾ ਖਾਲਸਤਾਨ ਦਾ ਮਤਲਬ ਹੈ ਉਹ ਹੈਗਾ ਖਾਲਸੇ ਦਾ ਸਥਾਨ ਖਾਲਸੇ ਦੀ ਧਰਤੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਖਾਲਸੇ ਦਾ ਸਥਾਨ ਉਹ ਜਿਹੜੇ ਖਾਲਸਤਾਨ ਉਹਨੂੰ ਆਂਦੇ ਜੇ ਖਾਲਸਤਾਨ ਦੀ ਧਰਤੀ ਖਾਲਸੇ ਖਾਲਸੇ ਦਾ ਤੇ ਬਾਕੀ ਭਾਈ ਇਹ ਗੱਲ ਹੈਗੀ ਆ ਸੰਵਿਧਾਨ ਦੇ ਵਿੱਚ ਕਿਸੇ ਨੂੰ ਮਨਾਹੀ ਨਹੀਂ ਕੋਈ ਕਿਸਦਾ ਵੀ ਨਾਂ ਲਵੇ ਕੋਈ ਕਿਸੇ ਨੂੰ ਮਨਾਹੀ ਨਹੀਂ ਕਿ ਕੋਈ ਗੱਲ ਨਹੀਂ ਕੋਈ ਡਰ ਨਹੀਂ ਬਾਕੀ ਜਿੰਨਾ ਵੀਰਾਂ ਨੇ ਕੋਈ ਕਰਨਾ ਉਹ ਆਪ ਆਪਣੇ ਸਿਰ ਤੇ ਜਿਨ੍ਹਾਂ ਨੇ ਕਰਨਾ ਉਹ ਆਪਣੇ ਸਿਰ ਤੇ ਕਰਨਾ ਆ ਬਾਕੀ ਮੈਂ ਤੈਨੂੰ ਇਹ ਗੱਲ ਕਹਿਣਾ ਆ ਵੀ ਜੇ ਤੈ ਤੂੰ ਆਪਣੇ ਮਾਂ ਦੇ ਅਸਲੇ ਦੀਆਂ ਨਾ ਕਿਸੇ ਦੇ ਉੱਤੇ ਵੱਧ ਘੱਟ ਬੋਲਣ ਨੂੰ ਹਟ ਜਾ ਜਦੋਂ ਫੇ ਅਗਲਾ ਅਗਲਾ ਬੋਲਦਾ ਨਾ ਫੇ ਨਾ ਚੀਕਾਂ ਮਾਰੇ ਕਰ ਫੇ ਤੂੰ ਚੀਕਾਂ ਬੜੀਆਂ ਮਾਰਦੀਆਂ ਤੇ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਜਿਹੜੇ ਤੇਰੇ ਵਰਗੀਆਂ ਚੀਕੜਾਂ ਬੁੱਢੀਆਂ ਨਾ ਚੀਕੜਾਂ ਉਹਨਾਂ ਨੇ ਚੀਕੜਾਂ ਇਦਾਂ ਹੀ ਪਵਾ ਕੇ ਰੱਖੂਗਾ ਇੰਦੀ ਜ ਸਵਾਲ ਤੇ ਦਾਸ ਇੰਦੀ ਜ ਸਵਾਲ ਨੇ ਅੰਦੋਲਨ ਦੇ ਸਮੇਂ ਆਪਾਂ ਨੂੰ ਸਾਰਿਆਂ ਨੂੰ ਵੀਰਾ ਭਰਾਵਾ ਨੂੰ ਕਿੰਨਾ ਅਵੇਅਰ ਕੀਤਾ ਕਿੰਨਾ ਦੱਸਿਆ ਕਿੰਨਾ ਸਮਝਾਇਆ ਕਿੰਨਾ ਵਧੀਆ ਉਹ ਸੋਸ਼ਲ ਮੀਡੀਆ ਦਾ ਕਿੰਗ ਬੰਦਾ ਆ ਕਿੰਗ ਇੰਡੀਜ ਸਵਾਲ ਦਿਨੋਂ ਸਪੋਰਟ ਆ ਮੈਂ ਇੰਡੀ ਨੂੰ ਕਹਿਣਾ ਚਾਹੁੰਦਾ ਵੀ ਤੈਨੂੰ ਧਮਕੀਆਂ ਬੜੇ ਦੰਦੇ ਆ ਬਹੁਤ ਜ਼ਿਆਦਾ ਧਮਕੀਆਂ ਦੰਦੇ ਆ ਜੇਕਰ ਤੈਨੂੰ ਕੋਈ ਪੰਜਾਬ ਦੇ ਵਿੱਚ ਤੇਰੇ ਘਰ ਪਰਿਵਾਰ ਤੇ ਕੋਈ ਧਮਕੀ ਦੇਵੇ ਨਾ ਜੋ ਕੋ ਵੱਧ ਘੱਟ ਬੋਲੇ ਨਾ 9501226247 ਦੇ ਪੇਜ ਤੇ ਨੰਬਰ ਪਿਆਈਓ ਮੈਨੂੰ ਫੋਨ ਕਰ ਲਈ ਨਿਹੰਗ ਸਿੰਘਾਂ ਦੀ ਪਲਟਣ ਲੈ ਕੇ ਮੈਂ ਤੇਰੇ ਘਰ ਦੇ ਜਾਉਂਗਾ ਤਾਂ ਫਿਰ ਦੇਖੂਗਾ ਵੀ ਕਿਹੜਾ ਆਉਂਦਾ ਅਸੀਂ ਤੇਰੀ ਪੂਰੀ ਦਿਲੋਂ ਸਪੋਰਟ ਕਰਾਂਗੇ ਤੂੰ ਨਹੀਂ ਕਿ ਬਣਾਉਣਾ ਕਿ ਚੀ ਤਾਂ ਸੱਚ ਇਦਾਂ ਹੀ ਬੋਲਣਾ ਇਹਨਾਂ ਦੀ ਝੂਠਿਆਂ ਦੀ ਧੌਣ 'ਚ ਕਿੱਲਾ ਇਦਾਂ ਹੀ ਠੋਕੇ ਰੱਖਣਾ ਹੀ ਜਿਹੜੇ ਝੂਠੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਆ ਜਿਹੜੇ ਇਹਦੇ ਖਾਚ ਦੇ ਸਪੋਰਟਰ ਨੇ ਜਿਹੜੀ ਇਹ ਐਨਕਾ ਲਾ ਕੇ ਬੋਲਦੀ ਐ ਕੈਨੇਡਾ ਦੀ ਧਰਤੀ ਦੇ ਵਕਾਊ ਵਕਾਊ 10-10 ਡਾਲਰਾਂ ਦੇ ਵੇਚਣ ਵਾਲੀ ਦੋ ਦੋ ਡਾਲਰਾਂ ਦੀ ਸੜੀਆਂ ਜੀਨਾ ਪਿੰਡਾਂ ਭਾਗੇ ਫਿਰਨ ਵਾਲੀ ਤੇ ਬੁੱਢੀ ਘੋੜੀ ਲਾਲ ਲਗਾਮ ਆਈਬ੍ਰੋ ਆਈਬ੍ਰੋ ਬਣਾ ਕੇ ਸੁਰਖੀ ਲਾ ਕੇ ਵਾਲ ਖਿਲਾੜ ਕੇ ਤੇ ਕੁੱਤੇ ਵਰਗੋ ਪਕਾਈ ਮਾਰਦੀ ਐ ਨਾ ਜਿਹੜੀ ਇਹ ਮੈਂ ਇਹਨੂੰ ਕਹਿਣਾ ਚਾਹੁੰਦਾ ਆ ਜੇਕਰ ਤੇਰੇ ਵਿੱਚ ਦਮ ਹੈ ਗਾਰੇ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਜਿਹੜੀ ਜਨਤਕ ਕਰ ਤੂੰ ਨਹੀਂ ਆ ਇਹ ਵੀਰੋ ਤੁਹਾਨੂੰ ਗੁੰਮਰਾਹ ਕਰਨ ਢੀਆ ਜਿਹੜੇ ਤੁਸੀਂ ਸਿੱਖ ਸਮਝਦੇ ਵੀ ਸਿੱਖਾਂ ਦੀ ਧਿਰ ਆ ਸਿੱਖ ਦਾ ਸਿੱਖਾਂ ਦਾ ਹਵਾਲਾ ਲੈ ਕੇ ਵੀ ਮੈਂ ਸਿੱਖਾਂ ਦੀ ਧਿਰ ਤੇ ਸਿੱਖਾਂ ਨੂੰ ਬਦਨਾਮ ਕਰ ਢੀਏ ਜਨਾਨੀ ਜੇ ਮੰਨ ਲਓ ਸਿੱਖਾਂ ਦੀ ਹਮਾਇਤ ਕਰਦੀ ਆ ਆ ਕੁਝ ਇਕ ਲੋ ਦਿਹਾਣੇ ਖਚਾ ਬੈਠੀਆਂ ਉਹ ਵੀ ਇਹਦੇ ਭੈਣ ਭਰਾ ਨੇ ਉਹ ਵੀ ਆਪਣੇ ਪੰਥ ਦਾ ਆਪਣੇ ਸਿੰਘਾਂ ਜੋਰਿਆਂ ਸੂਰਮਿਆਂ ਦਾ ਬਰੋਧ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਇਹ ਭੇਡਾਂ ਨੇ ਤੇ ਜਿਨ੍ਹਾਂ ਨੇ ਥੱਲੇ ਆਈਡੀਆ ਦੇ ਵਿੱਚ ਲਿਖਿਆ ਨਾ ਗੁੱਡ ਜੌਬ ਵਾਈ ਗਰੂ ਜੀ ਆਪਣੀਆਂ ਵੀ ਕਈ ਭੇਡਾਂ ਉਹ ਵੀ ਵਾਈਰੂ ਵਾਈਰੂ ਲਿਖੀ ਜਾਂਦੇ ਢਾਡੀ ਤੇ ਬੇਇੱਜ਼ਤੀ ਕਰਨ ਦੇ ਯਾਰ ਤੁਸੀਂ ਤੁਸੀਂ ਥੱਲੇ ਵਾਈਰੂ ਵਾਈਰੂ ਲਿਖੀ ਜਾਂਦੇ ਲੋਕਾਂ ਨੇ ਥੱਲੇ ਜੈ ਸ਼੍ਰੀ ਰਾਮ ਜੈ ਹਨੂਮਾਨ ਜੀ ਜੈ ਸ਼੍ਰੀ ਰਾਮ ਜੈ ਸ਼ਿਵ ਸ਼ੰਕਰ ਵੇਖੋ ਇੱਕ ਤੀੜ ਭੋਂਗਣ ਢਈ ਆ ਤੇ ਰਾਮ ਜੀ ਦਾ ਨਾਮ ਕਿੰਨਾ ਪਵਿੱਤਰ ਆ ਸ਼ਿਵ ਜੀ ਦਾ ਕਿੰਨਾ ਨਾਮ ਪਵਿੱਤਰ ਆ ਉਹ ਦੇਵੀ ਦੇਵਤਾ ਨੂੰ ਕਿਉਂ ਵਿਚ ਲਿਆਉਣ ਦੇ ਜੇ ਉਹਨਾਂ ਦੇਵੀ ਦੇਵਤਾ ਦਾ ਕੀ ਕਸੂਰ ਆ ਇਹ ਖਾਚਰੀ ਵੀਡੀਓ ਥੱਲੇ ਤੁਸੀਂ ਆ ਗੱਲਾਂ ਲਿਖਣ ਦੇ ਇਹ ਖਾਚਿਆ ਤਾਂ ਉਹ ਪਵਿੱਤਰ ਨੇ ਦੇਵ ਲੋਕ ਕਿਉਂ ਉਹਨਾਂ ਨੂੰ ਤੁਸੀਂ ਥੱਲੇ ਐਡੀਆਂ ਦੇ ਵਿੱਚ ਨਾ ਉਹਨਾਂ ਦੇ જય શ્રી ਨਾਮ જય શ્રી ਨਾਮ ਕਿਉਂ ਲੈ ਰਹੇ ਜੇ ਉਹ ਪਵਿੱਤਰ ਨੇ ਉਹ ਪਵਿੱਤਰ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਆ ਇਹ ਜਨਾਨੀ ਆਪਣੇ ਖਸਮਦੀ ਨਹੀਂ ਹੋਈ ਇਹ ਜਨਾਨੀ ਨੇ ਆਪਣਾ ਬੰਦਾ ਛੱਡ ਦਿੱਤਾ ਇਹ ਜਨਾਨੀ ਨੇ ਆਪਣੇ ਬੰਦੇ ਦੀ ਨਹੀਂ ਬਣੀ ਤੇ ਢਾਡੀ ਬਣ ਜੂਗੀ ਤੇ ਸਪਨੀ ਹੈ ਸਪਨੀ ਜਿਹੜੀ ਸਪਨੀ ਹੋਵੇ ਉਹ ਆਪਣੇ ਬੱਚਿਆਂ ਨੂੰ ਖਾ ਜਾਂਦੀ ਆ ਤੇ ਜਿਹੜੇ ਇਹਦੇ ਗੁੱਡ ਜੋਪਾਂ ਗੁੱਡ ਜੋਪਾਂ ਕਰਦੇ ਆ ਨਾ ਗੁੱਡ ਜੋਪਾਂ ਇਹ ਤੁਸੀਂ ਉਹਦੇ ਬੱਚੇ ਬਣਦੇ ਆ ਤੇ ਤੁਹਾਨੂੰ ਇਹਨੇ ਖਾਣਾ ਆ ਅੱਜ ਸਾਡੀਆਂ ਗੱਲਾਂ ਤੁਹਾਨੂੰ ਲੱਗਦੀਆਂ ਬੁਰੀਆਂ ਜਦੋਂ ਨਾ ਇੱਕ ਗੱਲ ਇਹ ਵੀ ਵੜੀ ਆ ਅੱਜ ਕੱਲ ਮੈਂ ਇਹ ਦੇਖ ਰਿਹਾ ਆ ਕਿ ਸੋਸ਼ਲ ਮੀਡੀਆ ਤੇ ਜੇ ਕੋਈ ਸਿੱਖਾਂ ਦਾ ਮਾੜਾ ਜਾਂ ਕੋਈ ਹਾਂ ਦਾ ਨਾਰਾ ਮਾਰ ਦਿੰਦਾ ਨਾ ਵੀ ਮਤਲਬ ਦੂਸਰੇ ਸਨਾਤਨ ਧਰਮ ਦੇ ਵਿੱਚੋਂ ਕੋਈ ਮਾਰ ਦੇਵੇ ਜਾਂ ਮਾੜਾ ਜਾਂ ਸਿੱਖਾਂ ਦੀ ਗੱਲ ਕਿਤੇ ਕਰ ਦੇ ਵੀ ਆਪ ਜੀ ਦਾ ਦਰਬਾਰ ਸਾਹਿਬ ਬਹੁਤ ਵਧੀਆ ਆ ਆਪ ਆਪ ਜੀ ਦੇ ਗੁਰੂ ਗੋਬਿੰਦ ਸਿੰਘ ਦੇ ਬੇਟਿਆਂ ਨੇ ਸ਼ਹੀਦੀ ਦਿੱਤੀ ਕੁਰਬਾਨੀ ਦਿੱਤੀ ਆ ਆਪ ਜੀ ਨੇ ਜੋਦੇ ਬੜੇ ਵਧੀਆ ਆਪ ਜੀ ਦਾ ਲੰਗਰ ਵੜਾ ਚਲਦਾ ਆ ਉਹ ਸਾਡੇ ਜਿਹੜੇ ਬੇਵਕੂਫਾੜੇ ਸਿੱਖ ਜਿਹੜੇ ਕੁਝ ਕੁਝ ਕੁ ਸਿੱਖ ਜਿਹੜੇ ਬੇਵਕੂਫਾ ਜਿਨ੍ਹਾਂ ਨੂੰ ਕੋਈ ਅਗਲ ਮੌਤ ਐ ਨਹੀਂ ਗਈ ਉਹ ਵੀਡੀਓ ਪਤਾ ਕਿ ਨਹੀਂ ਸ਼ੇਅਰ ਕਰਦੇ ਆ 40 40000 47 47000 ਜੇਕਰ ਅਸੀਂ ਕਹਿ ਦਨੇ ਆ ਵੀ ਗੁਰੂ ਗੋਬਿੰਦ ਸਿੰਘ ਦੇ ਬਕੀਆਂ ਨੇ ਜੰਗ ਚ ਦੋ ਸ਼ਹੀਦ ਹੋਇਆ ਤੇ ਦੋ ਨੀਹਾਂ ਚ ਸ਼ਹੀਦ ਹੋਇਆ ਤਾਂ ਫੇ ਤੁਹਾਨੂੰ ਬੁਰਾ ਲੱਗਦਾ ਜਦੋਂ ਅਸੀਂ ਕਹਿ ਦਨੇ ਆ ਜਦੋਂ ਕੋਈ ਸਨਾਤਨ ਧਰਮ ਦਾ ਕਹਿੰਦਾ ਉਹਦੇ ਬੜੀ ਛੇਤੀ ਸ਼ੇਅਰ ਕਰ ਕਰਕੇ ਉਹਨਾਂ ਨੂੰ ਦਿਖਾਉਣੇ ਲੋਕਾਂ ਨੂੰ ਲੱਖ ਦੀ ਲਾਂਹ ਤਾ ਢਾਡੇ ਦੇ ਵੀ ਇਹੋ ਜਿਹੇ ਬੰਦਿਆਂ ਦੇ ਇਹਨੂੰ ਜਨਾਨੀ ਨੂੰ ਇਹੋ ਅੱਜ ਲੱਗੀ ਆ ਵੀ ਮੈਨੂੰ ਬਸ ਮੈਨੂੰ ਪਬਲਿਸਿਟੀ ਮਿਲ ਜੇ ਪਬਲਿਸਿਟੀ ਲੈਣੀ ਹੈ ਨਾ ਕਿਹੇ ਚੰਗੇ ਕੰਮ ਦੇ ਵਿੱਚ ਲੋ ਜਿੱਥੇ ਰੱਬ ਵੀ ਤੁਹਾਡੇ ਤੇ ਖੁਸ਼ ਪ੍ਰਸੰਨ ਹੋਵੇ ਧਰਮ ਕੋਈ ਮਾੜਾ ਨਹੀਂ ਕਮਿਊਨਿਟੀ ਕੋਈ ਮਾੜੀ ਨਹੀਂ ਜਦੋਂ ਇਹੋ ਜੀ ਕੋ ਕਤੀੜ ਖੱਚ ਨਿਕਲਵੇ ਨਾ ਉਥੇ ਫਿਰ ਉਹਨੂੰ ਉਹਦੀ ਔਕਾਤ ਯਾਦ ਦਿਵਾਉਣੀ ਪੈਂਦੀ ਆ ਵੀ ਤੂੰ ਆ ਔਕਾਤ ਹੈ ਤੇਰੀ ਤੇ ਇੰਦੀ ਜੇ ਸਵਾਲ ਉਹਦਾ ਪਰਿਵਾਰ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਤੇ ਮੈਂ ਇਹਨੂੰ ਕਹਿਣਾ ਚਾਹੁੰਦਾ ਕਤੀੜਾ ਨੂੰ ਇਹਦੀਆਂ ਖੱਚਾਂ ਨੂੰ ਵੀ ਜਾਓ ਇਹਦੇ ਘਰ ਦੀ ਵੀਡੀਓ ਪਾਓ ਜਾ ਕੇ ਜਿਹੜੇ ਇਹਦੇ ਸਪੋਰਟਰ ਹਨਾ ਵੀਡੀਓ ਲਾਈਵ ਕਰਕੇ ਪਾਓ ਤੇ ਪਤਾ ਲੱਗੇ ਵੀ ਇਹਦਾ ਕਿਹੜਾ ਪਿੰਡ ਗਰਾ ਹੈ ਆ ਪਤਾ ਲੱਗੇ ਕਿਹੜੀ ਕਮਿਊਨਿਟੀ ਦੇ ਵਿੱਚੋਂ ਆ ਇਹ ਸਨੀਤਾ ਆਕ ਨਹੀਂ ਹੋਤਰੀ ਆ ਤੁਹਾਨੂੰ ਗਰੇਵਾਲ ਗਰੇਵਾਲ ਕਰਦੀ ਆ ਤੇ ਗਰੇਵਾਲ ਦਾ ਨਾਮ ਭੰਡਣ ਢਈ ਆ ਮੈਂ ਉਹਦੇ ਘਰੋਂ ਹੋ ਗਿਆ ਹਿੰਦੀ ਦੇ ਵੀਰੇ ਘਰੋਂ ਜੇ ਕਹੋ ਤਾਂ ਮੈਂ ਜਾ ਕੇ ਵੀਡੀਓ ਵੀਡੀਓ ਪਾਉਣਾ ਵੀ ਆ ਉਹਦਾ ਘਰ ਜ ਆ ਉਹਦਾ ਘਰ ਪਰਿਵਾਰ ਜੀ ਕਿਹੜੀ ਮਾਤਾ ਨੂੰ ਮਾੜਾ ਚੰਗਾ ਬੋਲਣਾ ਬਹੁਤ ਮਾੜੀ ਗੱਲ ਆ ਜੇ ਮੰਨ ਲਓ ਕੋਈ ਪਕਾਈ ਮਰੀ ਜਾਵੇ ਭਗਾਈ ਮਾਰੀ ਜਾਵੇ ਉਹਦਾ ਸਬੂਤ ਜਨਤਾ ਦੇ ਸਾਹਮਣੇ ਰੱਖ ਰੱਖਦੀ ਹੈ ਨਾ ਜਦੋਂ ਤਾਂ ਫਿਰ ਮਿਰਚਾ ਨਹੀਂ ਲੱਗਣੀ ਚਾਹੀਦਾ ਫਿਰ ਜਰਨਾ ਚਾਹੀਦਾ ਆ ਵੀ ਮੈਂ ਇਹ ਗੱਲ ਕੀਤੀ ਸੀ ਮਾਰੀ ਤਾਂ ਉਹਦਾ ਫਲ ਮੈਨੂੰ ਆ ਮਿਲਿਆ ਪੂਰੀ ਸਪੋਰਟ ਆ ਵੀਰ ਨੂੰ ਦਿਲੋਂ ਸਪੋਰਟ ਆ ਦਿਲੋਂ ਸਪੋਰਟ ਮੇਰੀ ਇਹਦੇ ਗੱਲਬਾਤ ਨਹੀਂ ਹੋਈ ਫੋਨ ਤੇ ਮੈਂ ਕਹੂੰਗਾ ਵੀਰ ਨੂੰ ਮੇਰੇ ਨਾਲ ਗੱਲਬਾਤ ਕਰੇ ਤੇ ਕਰਦੇ ਗਏ ਗੱਲਬਾਤ ਕੋਈ ਚੱਕਰ ਨਹੀਂਗਾ ਪਰ ਮੈਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੱਦਾਂ ਨਾ ਇਹ ਲੋਕਾਂ ਨੇ ਟ੍ਰੈਂਡੀ ਫੜ ਲਿਆ ਸੋਸ਼ਲ ਮੀਡੀਆ ਤੇ ਇਹ ਤੇ ਅੰਗਰੇਜ਼ਾਂ ਨੇ ਬਣਾਈ ਹੀ ਬਹੁਤ ਵਧੀਆ ਚੀਜ਼ ਵਰਤਣ ਵਾਸਤੇ ਵੀ ਇਹ ਕੋਈ ਚਾਜਦਾ ਕੰਮ ਲਵਾਂਗੇ ਪਰ ਇਹੋ ਜਿਹੇ ਲੋਕਾਂ ਨੇ ਨਾ ਪਖਾਂਡੀ ਫੜ ਲਿਆ ਆ ਵੀ ਕਦੀ ਕਿਸੇ ਦੇ ਉੱਤੇ ਪਕਾਈ ਕਦੀ ਕਿਸੇ ਦੇ ਉੱਤੇ ਪਕਾਈ ਮਾਰ ਮਾਰੀ ਜਾ ਕੋਈ ਚੱਕਰ ਨਹੀਂਗਾ ਜੋ ਮਰਜ਼ੀ ਬੋਲੀ ਜਾਓ ਪਰ ਜਵਾਬ ਦੇਣ ਵਾਸਤੇ ਵੀ ਲੋਹੇ ਦੇ ਫਿਰ ਗਾੜੀ ਚਣੇ ਪਏ ਆ ਉਹ ਚਬਾਉਣੇ ਸਿੰਘਾਂ ਨੇ ਤਾਂ ਮੈਂ ਕੈਨੇਡਾ ਵਾਲੇ ਵੀਰਾਂ ਨੂੰ ਕਹਿਣਾ ਚਾਹੁੰਦਾ ਆ ਵੀ ਆ ਜਿਹੜੀ ਚੜੇਲ ਇੱਥੇ ਖੱਚ ਗੱਲਾਂ ਮਾਰਦੀ ਆ ਤੁਹਾਡੇ ਵਿੱਚ ਜੁਰਤ ਹੈ ਨਹੀਂ ਕੀ ਤੁਹਾਡੀ ਜੁਰਤ ਕਿੱਥੇ ਗਈ ਹੈ ਤੁਹਾਡੀ ਜੁਰਤ ਕਿੱਥੇ ਗਈ ਹੈ ਮੈਨੂੰ ਇਹ ਦੱਸੋ ਪਹਿਲਾਂ ਤੈਨੂੰ ਪਦਰਾਂ ਨਹੀਂ ਕੀਤਾ ਜਾਂਦਾ ਤੁਹਾਡੇ ਕੋਲ ਪਧਰਾ ਕਰਕੇ ਵਿਖਾਓ ਇਹਨੂੰ ਪਿੱਕੇ 10 ਸਿੱਖਾਂ ਦੇ ਉੱਤੇ ਪਕਾਈ ਮਾਰੀ ਦੀ ਆ ਉਹਨਾਂ ਨੇ ਕਹਿਣਾ ਹੀ ਆ ਉਹਨਾਂ ਦਾ ਵੀਡੀਓ ਜੀ ਸ਼ੇਅਰ ਕਰ ਕਰਕੇ ਪਹੁੰਚਾਉਣੀ ਆ ਕਿਉਂਕਿ ਸਿੱਖਾਂ ਦੀ ਬੇਇੱਜ਼ਤੀ ਹੋਣ ਰਹੀ ਆ ਨਾ ਜਿੱਥੇ ਕੋਈ ਸਿੱਖਾਂ ਦੀ ਬੇਇੱਜ਼ਤੀ ਕਰਦਾ ਹੋਵੇ ਉੱਥੇ ਤੇ ਲੋਕਾਂ ਨੇ ਸ਼ੇਅਰ ਕਰਨਾ ਹੀ ਆ ਉੱਥੇ ਇਹ ਜਿਹੜੇ ਸਾਡੇ ਅਗੇਂਸਟ ਸਾਡੇ ਵਿਰੋਧ ਜਿਹੜੇ ਲੋਕ ਨੇ ਸਿੱਖਾਂ ਦੇ ਉਹਨਾਂ ਨੇ ਸ਼ੇਅਰ ਕਰਨਾ ਹੈ ਉਹਨਾਂ ਦੇ ਲੱਖ ਲੱਖ 10-10 ਲੱਖ ਤੱਕ ਪਹੁੰਚਾਉਣੀ ਵੀਡੀਓ ਉਹਨਾਂ ਦੇ ਲੱਖ ਲੱਖ ਜਨਾਂ ਨੇ ਸ਼ੇਅਰ ਕਰਨਾ ਵੀ ਸਿੱਖਾਂ ਦੀ ਬੇਇੱਜ਼ਤੀ ਹੋਣੀ ਵੀ ਤਮਾਸ਼ਾ ਚੱਲਣ ਡਿਆ ਵੇਖੀ ਇਹ ਤਮਾਸ਼ਾ ਰੱਜ ਕੇ ਪਰ ਤੂੰ ਹੀ ਨਹੀਂ ਸਪੋਰਟ ਕਰਨੀ ਕਿਸ ਦੀ ਤੂੰ ਹੀ ਨਹੀਂ ਸਪੋਰਟ ਕਰਨੀ ਕਈ ਆਖਣਗੇ ਐਦਾਂ ਗੱਲ ਕੀਤੀਆਂ ਨਹੀਂ ਸਰਨਾ ਉਹ ਤਾਂ ਨਹੀਂ ਸਰਨਾ ਤਾਂ ਫੇਰ ਤੂੰ ਹੀ ਸਾਰ ਲੋ ਜਿਹੜਾ ਬੰਦਾ ਕੋਈ ਕਰਦਾ ਕੌਮ ਦੇ ਵਾਸਤੇ ਤੇ ਕੌਮ ਨੂੰ ਫਿਰ ਸਿਰ ਦੇ ਉੱਤੇ ਵੀ ਚੋਕ ਕੇ ਬਿਠਾਉਂਦੀ ਆ ਨਾ ਕੌਮ ਦੇ ਸਰਦਾ ਤਾਜ ਬਣਦਾ ਬੰਦਾ ਜਿਹੜਾ ਕੋਈ ਆਪਣੇ ਕੌਮ ਦੇ ਪ੍ਰਤੀ ਲੜਦਾ ਆ ਕੌਮ ਦੇ ਪ੍ਰਤੀ ਬੋਲਦਾ ਆ ਹੁਣ ਇਹ ਜਿਹੜੀ ਜਨਾਨੀ ਆ ਇਹ ਸਾਰਿਆਂ ਦੇ ਉੱਤੇ ਭਗਾਈ ਮਾਰਦੀ ਆ ਭਗਵੰਤ ਮਾਨ ਦੀ ਬੇਟੀ ਵੀਡੀਓ ਪਾਈ ਉਹਦੇ ਉੱਤੇ ਵੀ ਭਗਵੰਤ ਮਾਨ ਦੇ ਭਗਾਈ ਮਾਰਨ ਆਪਣੇ ਜੋੜਿਆਂ ਦੇ ਵਾਸਤੇ ਜਗਤਾਰ ਸਿੰਘ ਹਵਾਰਾ ਦੇ ਉੱਤੇ ਵੀਡੀਓ ਪਾਈ ਮਾੜੀ ਚੰਗੀ ਉਤੇ ਸਾਡੇ ਤੇ ਵੀ ਪਾਈ ਹਿੰਦੀ ਤੇ ਪਾਈ ਸਾਰਿਆਂ ਤੇ ਪਾਈ ਜਾਂਦੀ ਜਿਹੜੇ ਬੰਦੇ ਪੰਜਾਬ ਨੂੰ ਝਾਰਨਾ ਚਾਹੁੰਦੇ ਆ ਉਹਦੇ ਉਹਦੇ ਹੱਕ ਦੇ ਵਿੱਚ ਆ ਬੀਰਾਂ ਦਾ ਆ ਵੀ ਮਾਰੀ ਜੀ ਹੋਏ ਕਹਿਣ ਨਾਲ ਬਸ ਐਹੀ ਚ ਗੱਲ ਆ ਨਾ ਐਹੋ ਤਾਂ ਗੱਲ ਆ ਇਹ ਉਹ ਸਭ ਤੋਂ ਵੱਡੀ ਗੁਲਾਮੀ ਆ ਸਭ ਤੋਂ ਵੱਡੀ ਗੁਲਾਮੀ ਆ ਤੇ ਅਜੇ ਆਂਦੇ ਉਸੇ ਬੋਲਣ ਦਾ ਹੱਕ ਦਿੱਤਾ ਜਾਂਦਾ ਕਰ ਹੱਕ ਦਿੱਤਾ ਜਾਂਦਾ ਇੱਕ ਬੰਦਾ ਚੰਗੇ ਭਲੇ ਬੰਦੇ ਨੂੰ ਮਾਰਾ ਚੰਗਾ ਬੋਲੀ ਜਾਵੇ ਤੇ ਦੂਜਾ ਬੰਦਾ ਕੋ ਕਵੇ ਵੀ ਨਾ ਤੇ ਜੇ ਕਵੇ ਆ ਤਾਂ ਤੈਨੂੰ ਸੈਲਿਆ ਅਗਲੇ ਦਾ 100 ਬਣੀ ਝੂਠ ਬੋਲਿਆ ਇੱਕ ਨਹੀਂ ਕਹਿ ਮੁਰਕੇ ਬਾਅਦ ਵਿੱਚ ਕਹ ਸੱਚ ਹੋ ਜਾਂਦਾ ਆ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਬੜੀਆਂ ਮਾਰਾਂ ਪਈਆਂ ਨੇ ਇਹੋ ਜਿਹੀਆਂ ਕਤੀੜਾਂ ਨੇ ਮਾਰਾਂ ਪੁਆਈਆਂ ਨੇ ਤੇ ਇਹ ਕਹਿੰਦੀ ਰਹੀ ਆ ਤੇਰੀ ਵੀਡੀਓ ਤੇ ਮੈਂ ਸ਼ੇਅਰ ਪਾਈ ਆਪਣੇ ਫੇਸਬੁਕ ਦੇ ਉੱਤੇ ਵੀਡੀਓ ਨਾਲ ਹੀ ਇਹ ਜਨਤਕ ਕੀਤੀ ਆ ਇਹਨੇ ਕਿਹਾ ਵੀ ਰਜੀਵ ਗਾਂਧੀ ਦੀ ਮਾਤਾ ਨੂੰ ਮਾਰਿਆ ਇੰਦਰਾ ਗਾਂਧੀ ਨੂੰ ਕਹਿੰਦੀ ਸਿੱਖਾਂ ਨੇ ਮਾਰਿਆ ਤੇ ਉਹਨਾਂ ਦੇ ਫਿਰ ਗਲਾਂ 'ਚ ਟਾਇਰ ਪਵਾ ਕੇ ਮਾਰਨੇ ਮਾਰਨੇ ਹੀ ਬੰਦੇ ਉਹਨਾਂ ਨੇ ਸਿੱਖਾਂ ਨੂੰ ਕਹਿੰਦੀ ਮਾਰਨਾ ਮਾਰਨਾ ਇਹਨਾਂ ਨੇ ਇਹਨਾਂ ਨੇ ਉਹਨੂੰ ਮਾਰਿਆ ਤੇ ਇਹਨਾਂ ਨੇ ਇੰਨੀ ਗੱਲ ਕਹੀ ਵੀ ਇੰਦਰਾ ਨੇ ਦਰਬਾਰ ਸਾਹਿਬ ਉੱਤੇ ਟੈਕਰਾਇਆ ਤਾਂ ਸਿੱਖਾਂ ਨੇ ਮਾਰਿਆ ਸੀ ਆਹ ਗੱਲ ਨਹੀਂ ਨਾ ਕਹਿਣੀ ਕਹਿੰਦੀ ਇਹਨਾਂ ਦੇ ਉਹਨੂੰ ਮਾਰਿਆ ਤੇ ਫਿਰ ਉਹਨਾਂ ਨੇ ਸਿੱਖਾਂ ਤੇ ਮਾਰਨੇ ਮਾਰਨੇ ਹੀ ਸਨ ਸੱਚ ਬੋਲਣ ਦੀ ਤੇ ਸਤ ਨੂੰ ਸੁਣਨ ਦੀ ਯੁਰਤ ਰੱਖਿਆ ਕਰੋ ਥੋੜੀ ਤੇ ਬਾਕੀ ਭਾਈ ਮੈਂ ਤੁਹਾਨੂੰ ਦੱਸ ਦਿੰਦਾ ਆ ਬਹੁਤ ਵਧੀਆ ਪਰਿਵਾਰ ਆ ਇੰਦੀ ਜਿਸਵਾਲ ਦਾ ਇਹ ਕੁੱਤੀ ਭਕਾਈ ਮੰਨ ਲਈ ਆ ਕੋਈ ਗੱਲਬਾਤ ਨਹੀਂ ਗਈ ਜੇ ਕਹੋਂ ਤਾਂ ਵੀ ਅਸੀਂ ਲਾਈਵ ਵਿੱਚ ਪਾ ਦਵਾਂਗੇ ਘਰ ਪਰਿਵਾਰ ਵੀ ਚਲਜਾਂਗੇ ਕੋਈ ਚੱਕਰ ਨਹੀਂਗਾ ਤੇ ਇਹਨਾਂ ਦੀ ਏਰੀਆ ਮੈਂ ਭੇਡਾਂ ਨੂੰ ਕਹਿਣਾ ਚਾਹੁੰਦਾ ਆ ਵੀ ਤੁਸੀਂ ਇਹਦੀ ਲਾਈਵ ਪਾਓ ਇਹਦੇ ਘਰ ਪਰਿਵਾਰ ਦੀ ਲਾਈਵ ਪਾ ਕੇ ਦਿਖਾਓ ਪਤਾ ਫੇਰ ਲਗਣਾ ਅਗਲੀ ਵੀਡੀਓ ਫੇਰ ਲੈ ਕੇ ਹਾਜ਼ਰ ਹੋਵਾਂਗੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੁਬਾਰਾ ਫੇਰ ਵੀਡੀਓ ਪਾਉਣੀ ਪਈ ਪਹਿਲੀ ਕੱਟੀ ਗਈ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ